ਆ ਦੇਖੋ ਫੈਨ ਫੋਲੋਇੰਗ ਬਾਬਾ ਜੀ ਦੀ। ਬਾਬਾ ਜੀ ਅੱਜ ਮਿਲੇ ਆ ਬਹੁਤ ਟਾਈਮ ਬਾਅਦ, ਸਾਰੇ ਆਪਣੇ ਆਪਣੇ ਕੈਮਰੇ ਕੱਢ ਕੇ। ਬਾਬਾ ਜੀ ਬੜਾ ਤੁਹਾਡਾ ਧੰਨਵਾਦ। ਪਿਆਰ ਬਹੁਤ ਕਰਦੇ ਆ ਤੁਹਾਨੂੰ ਸਾਰੇ, ਜਿਵੇਂ ਅਸੀਂ ਕਰਦੇ ਆ ਨਾ, ਐਂ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ। ਘੋੜਿਆਂ ਦੀ ਦੁਨੀਆ ਤੋਂ ਬਿਨਾਂ ਵੀ ਖਸ ਖਸ ਦੀ ਖੇਤੀ ਕਰਕੇ ਨਾ, ਹਾਂਜੀ ਇੰਟਰਵਿਊ ਆਉਂਦੀਆਂ ਰਹਿੰਦੀਆਂ ਨੇ, ਉਦਾਂ ਵੀ ਆਪਾਂ ਨੂੰ ਲੋਕ ਪਿਆਰ ਨਹੀਂ। ਖਸ ਖਸ ਦੀ ਖੇਤੀ ਦੇ ਲਈ ਤਾਂ ਆਪਾਂ ਵੀ ਕਹਿੰਦੇ ਆ ਬਾਬਾ ਜੀ ਹੋਣੀ ਚਾਹੀਦੀ ਹੈ ਜੀ, ਬਿਲਕੁਲ ਠੀਕ ਹੈ ਕਿ ਨਹੀਂ ਜੀ। ਵੀਰ ਜੀ ਫੀਮ ਭੁੱਕੀ ਦੇ ਠੇਕੇ ਹੋਣੇ ਚਾਹੀਦੇ ਨੇ, ਪਰ 30-35 ਸਾਲ ਤੋਂ ਉੱਪਰ ਦੇ ਲਾਇਸੈਂਸ ਬਣਨ ਬਸ, ਠੀਕ ਹੈ ਜੀ। ਜਿਹੜੇ ਮਚਿਓਰ ਬੰਦੇ ਨੇ ਉਹ ਜੇ ਖਾਂਦੇ ਨੇ ਉਹ ਵੀ ਤਾਂ ਮੁੰਡੇ ਨੂੰ ਕਿਸੇ ਨੂੰ ਦੇਣ ਨਾ ਦੇਣ ਨਾ। ਹੁਣ ਤਾਂ ਚਿੱਟਾ ਸਰੇਆਮ ਮਿਲਦਾ ਵੀਰ ਜੀ, ਨਸ਼ਾ ਤਾਂ ਸਾਲਾ ਚਾਹ ਦਾ ਵੀ ਮਾੜਾ ਸਰੀ ਮਾੜਾ। ਆਹ ਸੁਣ ਲਓ ਜੋ ਬਾਬਾ ਜੀ ਨੇ ਕਿਹਾ, ਨਾਲੇ ਗਾਹਾਂ ਆਪਾਂ ਬਾਬਾ ਜੀ ਦਾ ਘੋੜਾ ਵੀ ਤੁਹਾਨੂੰ ਬਹੁਤ ਜਲਦੀ ਬਹੁਤ ਵਧੀਆ ਤਰੀਕੇ ਨਾਲ ਦਿਖਾਵਾਂਗੇ। ਲਵ ਯੂ ਬਾਬਾ ਜੀ, ਕਹਿ ਦਿਓ ਸਭ ਨੂੰ ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਸਭ ਦਾ ਭਲਾ ਕਰੇ। ਧੰਨਵਾਦ।